ਇਹ ਦਾ ਜਿਹੜਾ ਤਹਿਸੀਲ ਚੇਅਰਮੈਨ ਬਣਿਆ ਮੇਰਾ ਸਵਾਲ ਹੈ ਇਹ ਆਖਦੇ ਕਿ ਜੀ ਪੁਲਿਸ ਦੀ ਕ੍ਰਾਸ ਫਾਇਰਿੰਗ ਹੋਈ ਹੈ ਤੇ ਉਸੇ ਜ਼ਖਮੀ ਹੋਇਆ ਆਪਣੀ ਗੱਡੀ ਚ ਕੌਣ ਬੈਠਦਾ ਉਸ ਡਾਕੂ ਉਸ ਫਰੇਬੀ ਰੰਗਾ ਰੰਗਾ ਉਸ ਆਖਦੇ ਨੇ ਮਾਰਾ ਗਿਆ ਉਸ ਪੁਲਿਸ ਫਾਇਰਿੰਗ ਵਿੱਚ ਇਹ ਉਸਦੀ ਗੱਡੀ ਵਿੱਚ ਨਾਲ ਕਿਉਂ ਬੈਠਾ ਦਾ ਆ ਕਿਆ ਰੰਗਾ ਸੰਗੀਆਂ ਅਗਵਾ ਪਿਆ ਕਰਦਾ ਆ ਜ਼ੋਰ ਜ਼ਬਰ ਨਾਲ ਅਗਵਾ ਕਰ ਉਸਾ ਪੇ ਖੜਦੇ ਕਿ ਨਹੀਂ ਜਾਂ ਨਹੀਂ ਅਗਵਾ ਪੇ ਕਰਦੇ ਤੇ ਫਿਰ ਉਸ ਨਾਲ ਗੱਡੀ ਚ ਕਿਉਂ ਬੈਠਾ ਦਾ ਆ ਔਰ ਫਾਇਰਿੰਗ ਜਿਸ ਵੇਲੇ ਹੋਈ ਹੈ ਉਸ ਵਿੱਚ ਉਹ ਜ਼ਖਮੀ ਹੋਇਆ ਤੇ ਆਪਣੀ ਗੱਡੀ ਉਸਦੇ ਇੰਟਰਚੇਂਜ ਤੇ ਖਿਲਾ ਲਈ ਔਰ ਖਰਾਬਾ ਟੇ ਉਸੇ ਸ਼ਖਸ ਦੀ ਗੱਡੀ ਉੱਤੇ ਮੰਗਾਈ ਉਸਦੀ ਕੀ ਵਜ੍ਹਾ ਹੈ ਜ਼ਹਿਨ ਵਿੱਚ ਗੱਲ ਆਉਂਦੀ ਮੇਰੀ ਜ਼ਹਿਨ ਵਿੱਚ ਨਹੀਂ ਆਉਂਦੀ ਕਿ ਆਪਣੀ ਗੱਡੀ ਛੋੜ ਕੇ ਬੁਲੇਟ ਪਰੂਫ ਗੱਡੀ ਆਪਣੀ ਛੋੜ ਕੇ ਸਮੀ ਦੀ ਗੱਡੀ ਬੁਲੇਟ ਪਰੂਫ ਹੈ ਪਤਾ ਨਾ ਤੁਸਾਂ ਉਸ ਉੱਤੇ ਗੋਲੀ ਅਸਰ ਨਹੀਂ ਕਰਦੀ ਜਾਂ ਆਪਣੀ ਗੱਡੀ ਵਿੱਚ ਬੈਠਾ ਦਾ ਹੋਇਆ ਉਹ ਜ਼ਖਮੀ ਨਹੀਂ ਹੁੰਦਾ ਪਰ ਉਸ ਡਾਕੂ ਉਸ ਪ੍ਰੇਮੀ ਦੀ ਗੱਡੀ ਬੈਠਾ ਦਾ ਆ ਉਸ ਸ਼ਖਸ ਦੀ ਗੱਡੀ ਹੈ ਜਿਸਦੇ ਸਰਗਦਾਈ ਕੋਲ ਉਸ ਦਿਨ ਉਸ ਸ਼ਖਸ ਦੀਆਂ ਟੰਗਾਂ ਉਸ ਲੜਕੇ ਦਾ ਮੈਂ ਨਾਮ ਕਿਆ ਪਾਉਂਦਾ ਹੁਣ ਮੇਰੇ ਬਿਲਾਲ ਬਿਲਾਲ ਉਸ ਲੜਕੇ ਦੀਆਂ ਟੰਗਾਂ ਕੱਟੀਆਂ ਗਿਆ ਕਿਉਂਕਿ ਉਸ ਰੰਗੇ ਨੇ ਗੋਲੀ ਮਾਰੀ ਤੇਰਾ ਕਤਲ ਉਸ ਲੜਕੇ ਨੇ ਕੀਤੇ ਰੰਗੇ ਨੇ ਉਸ ਨਾਲ ਲੈ ਕੇ ਕਰਦਾ ਆ ਪਤਾ ਹੋ ਰਿਹਾ ਕਿਆ ਇਹ ਭੱਤੇ ਦੇ ਕਾਰੋਬਾਰ ਇਸ ਲੱਗੇ ਨੇ ਕਰਦੇ ਬਾਬਰ ਆਪੇ ਜੀ ਉਮਰ ਯੂਬ ਖਾਨ ਦੇ ਖਾਨਦਾਨ ਦੇ ਬਾਰੇ ਮੇਰੇ ਵਾਲਿਦ ਦਾ ਨਾਮ ਗੌਰ ਯੂਬ ਖਾਨ ਹੈ ਮੇਰੇ ਦਾਦੇ ਦਾ ਨਾਮ ਫੀਲਡ ਮਾਰਸ਼ਲ ਯੂਬ ਖਾਨ ਸਾਹਿਬ ਨੇ ਉਹਨਾਂ ਦੇ ਵਾਲਿਦ ਸਾਹਿਬ ਦਾ ਨਾਮ ਮੀਰਦਾ ਖਾਨ ਸਾਹਿਬ ਫੌਜ ਚ ਅਲਹਮਦੁਲਿਲਾ ਸਾਫ਼ ਸੁਥਰੀ ਨੌਕਰੀ ਕੀਤੀ ਪਹਿਲੇ ਜੰਗ ਅਜ਼ੀਮ ਦੂਸਰੀ ਜੰਗ ਅਜ਼ੀਮ ਕਸ਼ਮੀਰ 1965 ਦੀ ਜੰਗ ਫੀਲਡ ਮਾਰਸ਼ਲ ਅਯੂਬ ਖਾਨ ਸਾਹਿਬ ਨੇ ਲੜੀ ਅੱਜ ਵੀ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਣੋ ਨਾ ਕਿਨੋ ਫੀਲਡ ਮਾਰਸ਼ਲ ਅਯੂਬ ਖਾਨ ਸਾਹਿਬ ਲੋਕ ਸਾਹਿਬ ਇੱਜ਼ਤ ਦੀ ਨਿਗਾਹ ਨਾਲ ਦੇਖੋ ਇੱਥੇ ਨਾ ਚਾਹ ਕਿਨੋ ਧਿਆਨ ਸੁਣ ਦੇਖੋ ਉਹ ਲੋਕ ਜਿਸ ਦਾ 100 ਕਿਲੋ ਹੈਰੋਇਨ ਦਾ ਕੇਸ ਆ ਮੁਆਵਜ਼ਾ ਆਪ ਕਰਦੇ